ਹੁਣ ਅਸੀਂ ਡਿਸਕਸ ਕਰ ਰਹੇ ਹਾਂ ਓਰੀਐਂਟੇਸ਼ਨ ਆਫ ਨਾਈਟ੍ਰੇਸ਼ਨ ਆਫ ਟੋਲੂਇਨ ਵਾਈ ਮਿਥਾਇਲ ਗਰੁੱਪ ਡਾਇਰੈਕਟ ਇਲੈਕਟ੍ਰੋਫਾਈਲ ਇਨ ਦਿਸ ਕੇਸ ਨਾਈਟ੍ਰੋਨੀਅਮ ਆਇਨ ਐਟ ਔਰਥੋ ਐਂਡ ਪੈਰਾ ਪੋਜੀਸ਼ਨ ਟੂ ਡਿਸਕਸ ਇਟ ਵੀ ਹੈਵ ਟੂ ਡਿਸਕਸ ਦ ਸਟੇਬਿਲਿਟੀ ਆਫ ਦਾ ਰਿਐਕਸ਼ਨ ਇੰਟਰਮੀਡੀਏਟ ਔਰ ਵੀ ਲੈਂਡ ਇੰਟਰਮੀਡੀਏਟ ਦੈਟ ਇਜ ਫੋਰਮ ਦਿਸ ਇਜ ਆਲਸੋ ਨੋਨ ਐਜ ਸਾਈਕਲੋ ਡਾਈ ਹੈਕਸਾਈਲ ਕਾਰਬੋਕੈਟਾਇਨ we will discuss the orientation of the reaction ortho in comparison to para para in comparison to meta ta pehla apan discuss karde hain je toluene de vich nitro group ortho position te lagge ta ode vich resonating structures kede kede bande hain je assi nitro group nu ortho position te lagana hai ta assi eh wale electrons hai jehde eh assi nitronium ion nu donate karange now since ਇਹ ਜਿਹੜਾ ਕਾਰਬਨ ਹੈ ਜਿੱਥੇ ਮਿਥਾਈਲ ਲੱਗਿਆ ਹੋਇਆ ਹੈ ਇਹਨੇ ਇਲੈਕਟ੍ਰੋਨ ਲੂਜ਼ ਕੀਤੇ ਹੈ ਇਸ ਕਰਕੇ ਇਸ ਕਾਰਬਨ ਦੇ ਉੱਪਰ ਪੋਜ਼ਿਟਿਵ ਚਾਰਜ ਆ ਜਾਏਗਾ ਇਸ ਤੋਂ ਨੈਕਸਟ ਰੈਜ਼ੋਨੈਂਟਿੰਗ ਸਟਰਕਚਰ ਕੀ ਹੋਏਗਾ ਕਿ ਅਸੀਂ ਇਹ ਜਿਹੜਾ ਇਲੈਕਟ੍ਰੋਨ ਪੇਅਰ ਹੈ ਇਹਨੂੰ ਅਸੀਂ ਇੱਥੇ ਸ਼ਿਫਟ ਕਰ ਸਕਦੇ ਹਾਂ ਇਹ ਬੋਂਡ ਦੇ ਉੱਤੇ ਕੋਈ ਅਸਰ ਨਹੀਂ ਪਏਗਾ ਵੀ ਹੈਵ ਦਿਸ ਨਿਊ ਬੋਂਡ ਇਹ ਪਹਿਲਾਂ ਹੀ ਸੀਗੀ ਅਤੇ ਪੋਜ਼ਿਟਿਵ ਚਾਰਜ ਹੈ ਜਿਹੜਾ ਉਹ ਇਸ ਪੋਜੀਸ਼ਨ ਦੇ ਉੱਪਰ ਆ ਗਿਆ ਦਿਸ ਇਜ ਦਾ ਸੈਕਿੰਡ ਰੈਜ਼ੋਨੇਟਿੰਗ ਸਟਰਕਚਰ ਨਾਓ ਇਫ ਵੀ ਡਰਾ ਦੀ ਨੈਕਸਟ ਰੈਜ਼ੋਨੇਟਿੰਗ ਸਟਰਕਚਰ ਤਾਂ ਕੀ ਕਰਾਂਗੇ ਜਿਹੜਾ ਨੈਕਸਟ ਪੇਅਰ ਹੈ ਇਨ ਕੰਜੂਗੇਸ਼ਨ ਇਹਨੂੰ ਅਸੀਂ ਸ਼ਿਫਟ ਕਰਾਂਗੇ ਐਂਡ ਵੀ ਵਿਲ ਗੈਟ ਏ ਪੋਜ਼ਿਟਿਵ ਚਾਰਜ ਐਟ ਦਿਸ ਪੋਜੀਸ਼ਨ ਨਾਓ ਲੈਟ ਅਸ ਡਰਾ ਦੀ ਰੈਜ਼ੋਨੇਟਿੰਗ ਸਟਰਕਚਰਸ ਇਫ ਸਬਸਟੀਟਿਊਸ਼ਨ ਅਕਰਸ ਐਟ ਪੈਰਾ ਪੋਜੀਸ਼ਨ ਅਤੇ ਜੇ ਅਸੀਂ ਪੈਰਾ ਪੋਜੀਸ਼ਨ 'ਤੇ ਡੋਨੇਟ ਪੈਰਾ ਪੋਜੀਸ਼ਨ 'ਤੇ ਇਲੈਕਟ੍ਰੋਫਾਈਲ ਅਟੈਚ ਕਰਨਾ ਹੈ ਤਾਂ ਇਹ ਵਾਲੇ ਇਲੈਕਟ੍ਰੋਨ ਡੋਨੇਟ ਕਰਾਂਗੇ ਨਾਓ ਵਟ ਹੈਪਨ ਇਨ ਦਿਸ ਕੇਸ ਨਾਈਟ੍ਰੋ ਗਰੁੱਪ ਪੈਰਾ ਪੋਜੀਸ਼ਨ ਦੇ ਉੱਪਰ ਆ ਗਿਆ ਇਹ ਦੋ ਬੋਂਡਸ ਇੱਦਾਂ ਹੀ ਰਹਿਣਗੀਆਂ ਲੇਕਿਨ ਨਾਲ ਵਾਲੇ ਕਾਰਬਨ ਦੇ ਉੱਪਰ ਪੋਜ਼ਿਟਿਵ ਚਾਰਜ ਆਏਗਾ ਬਿਕੋਜ਼ ਇਟ ਹੈਜ਼ ਲੋਸਟ ਇਲੈਕਟ੍ਰੋਨਸ ਨਾਓ ਨੈਕਸਟ ਰੈਜ਼ੋਨੇਟਿੰਗ ਸਟਰਕਚਰ ਸ਼ਿਫਟ ਦੀਜ਼ ਇਲੈਕਟ੍ਰੋਨਸ ਇਹ ਬੋਂਡ ਇਸੇ ਤਰ੍ਹਾਂ ਹੀ ਰਹੇਗੀ ਵੀ ਗੈਟ ਦ ਨੈਕਸਟ ਰੈਜ਼ੋਨੇਟਿੰਗ ਸਟਰਕਚਰ ਇਸੇ ਤਰ੍ਹਾਂ ਹੀ ਵੀ ਕੈਨ ਸ਼ਿਫਟ ਦ ਨੈਕਸਟ ਡਬਲ ਬੋਂਡ ਐਂਡ ਵੀ ਵਿਲ ਗੈਟ ਦਿਸ ਰੈਜ਼ੋਨੇਟਿੰਗ ਸਟਰਕਚਰ ਅਗੇਨ ਯੂ ਸੀ ਇਨ ਪੈਰਾ ਸਬਸਟੀਟਿਊਸ਼ਨ ਵੀ ਹੈਵ ਗੋਟ ਥ੍ਰੀ ਰੈਜ਼ੋਨੇਟਿੰਗ ਸਟਰਕਚਰਸ ਨਾਓ ਲੈਟ ਅਸ ਸੀ ਵਟ ਵਿਲ ਹੈਪਨ ਇਫ ਸਬਸਟੀਟਿਊਸ਼ਨ ਅਕਰਸ ਐਟ ਮੈਟਾ ਪੋਜੀਸ਼ਨ ਨਾਓ ਵੈਨ we are going to attach the electrophile at meta position ta ki hoega a electron pair donate honge jehdiyan do double bonds si is tarah hi rehngiyan I think we should attach it at meta position when we see meta position they attach karde hain ta all the nitro groups will be at meta position ਅਤੇ ਨਾਲ ਵਾਲੇ ਕਾਰਬਨ ਦੇ ਉੱਪਰ ਪੋਜ਼ਿਟਿਵ ਚਾਰਜ ਤਾਂ ਹੁਣ ਪਹਿਲਾਂ ਦੀ ਤਰ੍ਹਾਂ ਅਸੀਂ ਇਹ ਇਲੈਕਟ੍ਰੋਨ ਪੇਅਰ ਸ਼ਿਫਟ ਕਰਾਂਗੇ ਕਿਉਂਕਿ ਇੱਥੇ ਇੱਕ ਵੈਕੈਂਸੀ ਕ੍ਰੀਏਟ ਹੋ ਗਈ ਤਾਂ ਇਹ ਡਬਲ ਬੋਂਡ ਉੱਥੇ ਰਹੇਗੀ ਇਹ ਡਬਲ ਬੋਂਡ ਨਵੀਂ ਬਣ ਗਈ ਤਾਂ ਕਿਉਂਕਿ ਇਹ ਕਾਰਬਨ ਨੇ ਇਲੈਕਟ੍ਰੋਨ ਲੂਜ਼ ਕੀਤੇ ਹੈ ਇੱਥੇ ਪੋਜ਼ਿਟਿਵ ਚਾਰਜ ਆ ਜਾਏਗਾ ਨੈਕਸਟ ਰੈਜ਼ੋਨੇਟਿੰਗ ਸਟਰਕਚਰ ਅਸੀਂ ਇਹ ਇਲੈਕਟ੍ਰੋਫਾਈਲ ਸ਼ਿਫਟ ਕਰਾਂਗੇ ਇਹ ਇਲੈਕਟ੍ਰੋਨ ਸ਼ਿਫਟ ਕਰਾਂਗੇ we will get ਹੁਣ ਅਸੀਂ ਦੇਖੀਏ ਔਰਥੋ ਪੋਜੀਸ਼ਨ ਜਾਂ ਪੈਰਾ ਪੋਜੀਸ਼ਨ ਜਾਂ ਮੈਟਾ ਸਬਸਟੀਟਿਊਸ਼ਨ ਦੇ ਵਿੱਚ ਵੀ ਹੈਵ ਗੋਟ ਟੋਟਲ 9 ਰੈਜ਼ੋਨੇਟਿੰਗ ਸਟਰਕਚਰਸ ਬਟ ਲੈਟ ਅਸ ਲੁੱਕ ਪਰਟੀਕੁਲਰਲੀ ਐਟ ਲੈਟ ਮੀ ਕਾਲ ਦਿਸ ਐਜ਼ ਰੈਜ਼ੋਨੇਟਿੰਗ ਸਟਰਕਚਰ A ਦਿਸ ਇਜ਼ ਪਰਟੀਕੁਲਰਲੀ ਇੰਪੋਰਟੈਂਟ ਕਿਉਂ ਜਿਹੜੇ ਕਾਰਬਨ ਦੇ ਉੱਪਰ ਪੋਜ਼ਿਟਿਵ ਚਾਰਜ ਹੈ ਉਹਦੇ ਨਾਲ ਇਹ ਮਿਥਾਇਲ ਗਰੁੱਪ ਲੱਗਿਆ ਹੈ ਵਿੱਚ ਸ਼ੋਸ ਪਲੱਸ ਆਈ ਇਫੈਕਟ ਤਾਂ ਪਲੱਸ ਆਈ ਇਫੈਕਟ ਕੀ ਕਰਕੇ ਕੀ ਹੁੰਦਾ ਕਿ ਇਹ ਇਸ ਐਡੀਸ਼ਨਲੀ ਸਟੇਬਲ ਇਹਦੀ ਸਟੇਬਿਲਿਟੀ ਜ਼ਿਆਦਾ ਹੈ ਕਿਉਂ ਬਿਕੋਜ ਪੋਜ਼ਿਟਿਵ ਚਾਰਜ ਇਜ਼ ਡਿਸਪਰਸਡ ਬਾਏ ਮਿਥਾਇਲ ਗਰੁੱਪ ਨਾ ਸਿਮੀਲਰਲੀ ਲੁੱਕ ਐਟ ਦ ਰੈਜ਼ੋਨੇਟਿੰਗ ਸਟਰਕਚਰਸ ਇਨ ਪੈਰਾ ਸਬਸਟੀਟਿਊਸ਼ਨ If we look at this structure particularly, I will call it as
resonance structure B. ਹੁਣ ਇਹਦੇ ਵਿੱਚ ਵੀ ਜਿੱਦਾਂ ਏ ਸੀਗਾ, ਅਸੀਂ ਇੱਥੇ ਵੀ ਦੇਖਦੇ ਹਾਂ ਕਿ ਜਿਹੜਾ ਮਿਥਾਇਲ ਗਰੁੱਪ ਹੈ ਉਹ ਉਸ ਕਾਰਬਨ ਦੇ ਉੱਪਰ ਲੱਗਿਆ ਹੈ ਜਿਹਦੇ ਉੱਪਰ ਪੋਜ਼ਿਟਿਵ ਚਾਰਜ ਹੈ, ਤਾਂ ਸੇਮ ਇਫੈਕਟ ਸੇਮ ਰੀਜ਼ਨ B is stable because positive charge is dispersed by the methyl group due to positive inductive effect. But look at what happens in meta substitution. We do not have any resonating structure similar to A or B. So there is no structure which has additional stability. On this account, we can say that ortho te para substitution de naal ਜਿਹੜਾ ਵੀਲੈਂਡ ਇੰਟਰਮੀਡੀਏਟਸ ਬਣਦੇ ਨੇ, ਦੀਜ਼ ਆਰ ਵੀਲੈਂਡ ਇੰਟਰਮੀਡੀਏਟਸ ਔਰ ਦੀਜ਼ ਆਰ ਆਲਸੋ ਕਾਲਡ ਸਿਗਮਾ ਕੰਪਲੈਕਸਸ, ਆਰਥੋ ਐਂਡ ਪੈਰਾ ਸਬਸਟੀਟਿਊਸ਼ਨ ਰਿਜ਼ਲਟਸ ਇਨ ਸਟੇਬਲ ਸਿਗਮਾ ਕੰਪਲੈਕਸ ਐਂਡ ਦੈਟ ਇਜ਼ ਦ ਰੀਜ਼ਨ ਮਿਥਾਇਲ ਗਰੁੱਪ ਇਜ਼ ortho and para directing in nature.